ਪੰਜਾਬ ਦੀ ਇੰਨੀ ਗੰਦੀ ਰਾਜਨੀਤੀ ਹੋ ਗਈ ਕਿ ਇੱਥੇ ਅਸਲੀ ਪੱਖ ਅਸੀਂ ਛੱਡ ਕੇ ਅਸਲੀ ਅਸਲੀ ਮੁੱਦਾ ਛੱਡ ਕੇ ਅਸੀਂ ਵੀ ਇੱਥੇ ਲੋੜ ਕਿਹੜੀ ਕਿਹੜੀ ਚੀਜ਼ ਦੀ ਹੈ ਉਹ ਛੱਡ ਕੇ ਤੇ ਇੱਥੇ ਇਹ ਚੀਜ਼ਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਜਾ ਰਹੀਆਂ ਨੇ ਤਾਂ ਦੋ ਖਾਸ ਗੱਲਾਂ ਦਾ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਉਹ ਗੇਮ ਖੇਡੀ ਹੈ ਕਿ ਅਸੀਂ ਦਲਤ ਬੰਦਿਆਂ ਨੂੰ ਸਤਕਾਰ ਦੇਵਾਂਗੇ ਹੱਦ ਹੋ ਗਈ ਓਏ ਤੁਸੀਂ ਮੰਨਦੇ ਹੋ ਵੀ ਮਨੁੱਖ ਦਲਤ ਹੁੰਦਾ ਹੈ ਜਿਆਦਾ ਹੰਕਾਰ ਕਰਨਾ ਮੈਂ ਕਹਿੰਦਾ ਜਿਆਦਾ ਹੰਕਾਰ ਕਰਨਾ ਸੇਮ ਇਦਾਂ ਵਾਂ ਜਿਵੇਂ ਕਿਸੇ ਦੀ ਹੱਥ ਦੀ ਤਲੀ ਤੇ ਜ਼ਹਿਰ ਪਿਆ ਹੋਵੇ ਤੇ ਖਾਣ ਤੋਂ ਪਹਿਲਾਂ ਬੰਦੇ ਨੂੰ ਦੱਸ ਦਿਓ ਇਹ ਜ਼ਹਿਰ ਹੈ ਤੇ ਉਹ ਤੋਂ ਬਾਅਦ ਵੀ ਫੱਕਾ ਮਾਰ ਲਵੇ ਤੇ ਉਹ ਜਾਵੇ ਮਰ ਇਹੋ ਜਿਹੇ ਬੰਦੇ ਨਾਲ ਅਫਸੋਸ ਕਰਨ ਦੀ ਲੋੜ ਹੈ ਇੱਥੇ ਕਿੰਨੀ ਨੀਵੀਂ ਰਾਜਨੀਤੀ ਹੋ ਗਈ ਹੈ ਕਿ ਜਾਤਾਂ ਦੇ ਆਧਾਰਤ ਇੱਥੇ ਹੱਕ ਲੈਣ ਦੀਆਂ ਗੱਲਾਂ ਕਿੱਥੇ ਜਾਰੀ ਰਹਿੰਦੀਆਂ ਆਉ ਨੀਵੀਂ ਜਾਤ ਦਾ ਜੀ ਉੱਚੀ ਜਾਤ ਦਾ ਜੀ ਤੇ ਇੱਥੇ ਕਿਹੋ ਜਿਹਾ ਪੱਤਾ ਖੇਡਿਆ ਜਾ ਰਿਹਾ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕਿਸੇ ਨੇ ਨਹੀਂ ਕਿਹਾ ਕਿ ਉਹਦੇ ਵਿੱਚ ਕੋਈ ਲਿਆਕਤ ਹੋਏਗੀ ਜੇ ਜੋ ਕੇ ਸਮਝ ਮੰਨ ਲਓ ਮੈਂ ਨੀ ਕਿਸੇ ਹੱਕ ਜਾਂ ਕਿਸੇ ਵਿਰੋਧੀ ਗੱਲ ਕਰਦਾ ਪਰ ਮੈਂ ਕਹਿਣਾ ਦਲਤ ਦਲਤ ਕਹਿ ਕੇ ਬਾਰ ਬਾਰ ਸ਼ਬਦ ਇਹਦਾ ਮਤਲਬ ਤੁਸੀਂ ਮੰਨਦੇ ਹੋ ਵੀ ਸਿੱਖਾਂ ਵਿੱਚ ਵੀ ਅੱਜ ਵਿਰੋਧੀਆਂ ਨੇ ਕਿਦਾਂ ਫੇਸਬੁੱਕ ਭਰ ਦਿੱਤੀ ਹੈ ਕਿ ਹਾਂ ਤੇ ਹੁਣ ਪਤਾ ਲੱਗਾ ਸਿੱਖਾਂ ਚ ਪਤਾ ਉਹਨਾਂ ਨੂੰ ਵੀ ਹੈਗਾ ਸਿੱਖਾਂ ਚ ਕੋਈ ਜਾਤ ਪਾਤ ਨਹੀਂ ਜਿਹੜੇ ਜਾਤ ਪਾਤ ਵਾਲੇ ਉਹ ਸਿੱਖ ਨਹੀਂ ਬਸ ਗੱਲ ਇੰਨੀ ਸੀ ਇੱਥੇ ਜਿਹੜੇ 2-2000 ਰੁਪਏ ਤੇ ਸ਼ਰਾਬ ਦੀਆਂ ਬੋਤਲਾਂ ਤੇ ਲਾਣਾ ਸੁੱਟਦੇ ਫਿਰਦੇ ਆ ਉਹਨਾਂ ਨੂੰ ਕਿੱਥੋਂ ਪਹਿਚਾਨ ਆ ਜਾਏਗੀ ਮੁੱਦਿਆਂ ਦੀ ਬਿ ਮੁੱਦੇ ਕੀ ਨਾ ਸਾਡੇ ਪੰਜਾਬ ਦੇ ਪੰਜਾਬ ਦੀ ਇੰਨੀ ਗੰਦੀ ਰਾਜਨੀਤੀ ਹੋ ਗਈ ਕਿ ਇੱਥੇ ਅਸਲੀ ਪੱਖ ਅਸੀਂ ਛੱਡ ਕੇ ਅਸਲੀ ਅਸਲੀ ਮੁੱਦਾ ਛੱਡ ਕੇ ਅਸੀਂ ਵੀ ਇੱਥੇ ਲੋੜ ਕਿਹੜੀ ਕਿਹੜੀ ਚੀਜ਼ ਦੀ ਹੈ ਉਹ ਛੱਡ ਕੇ ਤੇ ਇੱਥੇ ਇਹ ਚੀਜ਼ਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਜਾ ਰਹੀਆਂ ਕਿ ਵੀ ਖੋ ਜੀ ਇਹ ਇਸ ਕਰਕੇ ਮੁੱਖ ਮੰਤਰੀ ਬਣਾਇਆ ਉਹ ਦਲਤ ਸੀ ਹੱਦ ਹੋ ਗਈ ਤੇ ਅੱਜ ਦੂਜੀਆਂ ਤਰਾਹ ਮਜ਼ਾਕ ਕਰ ਰਹੀਆਂ ਵੀ ਸਿੱਖਾਂ 'ਚ ਵੀ ਦਲਤ ਹੁੰਦੇ ਨੇ ਇੱਕ ਇੱਕ ਗੁਰਦੁਆਰੇ 'ਚ 10-10 ਸਰੂਪ ਐ ਹੁਣ ਦੰਦੀਆਂ ਨਹੀਂ ਚੜਾਰੀਆਂ ਸਾਨੂੰ ਇਹ ਚੀਜ਼ਾਂ ਵੀ ਬਾਣੀਆਂ ਦੀ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਜਿਹੜੀ ਬਾਣੀ ਕਹਿੰਦੀ ਐ ਕਿ ਜਦੋਂ ਤੂੰ ਮਾਤਾ ਦੇ ਗਰਭ ਗਰਭ ਵਾਸ ਮੈਂ ਕੁੱਲ ਨਹੀਂ ਜਾਂਦੀ ਜਦੋਂ ਬੱਚਾ ਮਾਤਾ ਦੇ ਗਰਭ ਸੀ ਉਹਦੀ ਕਿਹੜੀ ਕੁੱਲ ਤੇ ਕਿਹੜੀ ਜਾਤ ਸੀ ਗਰਭ ਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰਹਮਵਿੰਦ ਤੇ ਸਭੂਤਪਤੀ ਕਹਰੇ ਪੰਡਤ ਬ੍ਰਾਹਮਣ ਕੱਪ ਕੇ ਹੋਏ ਬ੍ਰਾਹਮਣ ਕਹਿ ਕੇ ਜਨਮਤਕ ਹੋਏ ਇਹ ਕਹੋ ਤੁਸੀਂ ਵੀ ਕੋਈ ਲਿਆਕਤ ਕਰਕੇ ਬਣਿਆ ਉਹਦੇ ਵਿੱਚ ਕੋਈ ਗੋਣ ਹੋਏਗਾ ਤਾਂ ਬਣਿਆ ਤੁਸੀਂ ਦਲਤ ਕਹਿ ਕੇ ਕਿ ਮਤਲਬ ਕਿਹੜੀ ਮੈਂ ਕਹਿੰਨਾ ਕਿਸੇ ਸਟੇਟ ਦੀ ਵੀ ਗੱਲ ਹੋਵੇ ਅਸੀਂ ਕਿੱਥੇ ਲਿਆ ਕੇ ਕਿੰਨੀ ਹਾਸੋ ਹੀ ਨਹੀਂ ਸਾਡੀ ਗੰਦੀ ਰਾਜਨੀਤੀ ਬਣ ਗਈ ਹੈ ਤਾਂ ਦੋਖ ਇਸ ਗੱਲ ਦਾ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਉਹ ਗੇਮ ਖੇਡੀ ਹੈ ਕਿ ਅਸੀਂ ਦਲਤ ਬੰਦਿਆਂ ਨੂੰ ਸਤਕਾਰ ਦੇਵਾਂਗੇ ਹੱਦ ਹੋ ਗਈ ਓਏ ਤੁਸੀਂ ਮੰਨਦੇ ਹੋ ਵੀ ਮਨੁੱਖ ਦਲਤ ਹੁੰਦਾ ਹੈ ਮਨੁੱਖ ਨੀਵਾਂ ਹੁੰਦਾ ਫਿਰ ਤੇ ਬ੍ਰਾਹਮਣ ਨਾਲੋਂ ਤਾਂ ਤੁਹਾਡੇ ਵਿੱਚ ਫਰਕ ਹੀ ਰਹਿ ਗਿਆ ਇਹੋ ਇਹੋ ਪਤਾ ਹੀ ਅਗਲੇ ਦੂਜਿਆਂ ਖੇਡ ਦਿੱਤਾ ਫਿਰ ਫਿਰ ਫਰਕ ਕੀ ਹੈ ਫਿਰ ਜੀ ਸੋਚ ਕੇ ਵੇਖੋ ਜੀ ਉਹ ਪਤਾ ਤੁਸੀਂ ਖੇਡਿਆ ਜੇ ਪੰਥਕ ਸਰਕਾਰ ਇਹ ਪਤਾ ਖੇਡਣਾ ਚਾਹੁੰਦੀ ਸੀ ਦੂਜਿਆਂ ਖੇਡਦਾ ਹੁਣ ਤਕਲੀਫ ਕਰਦੀ ਹੈ ਪਰ ਸਚਾਈ ਇਹ ਹੈ ਕਿ ਅਸੀਂ ਗੰਦੀ ਰਾਜਨੀਤੀ ਕਰ ਰਹੇ ਹਾਂ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਅਸੀਂ ਜਾਤ ਪਾਤ ਨੂੰ ਗੁਰਮਤ ਨਹੀਂ ਮੰਨਦੀ ਪਰ ਅਸੀਂ ਕੁਝ ਬੈਨੀਫਿਟ ਲੈਣ ਵਾਸਤੇ ਅਸੀਂ ਆਪਣੇ ਆਪ ਨੂੰ ਦਲਤ ਖਵਾ ਦਿੰਨੇ ਸਰਕਾਰਾਂ ਕੋਲੋਂ ਬੈਨੀਫਿਟ ਲੈਣ ਵਾਸਤੇ ਕਿਸਾਨੂੰ ਇਹ ਚ ਕੁਝ ਸਹੂਲਤਾਂ ਮਿਲ ਜਾਣੀਆਂ ਨੇ ਕੁਝ ਰਾਖਵਾ ਕਰਨਾ ਸਾਡਾ ਜਿਸ ਜਾਤ ਪਾਤ ਵਿੱਚੋਂ ਸਾਨੂੰ ਗੁਰਮਤ ਨੇ ਬਾਣੀ ਨੇ ਹੁੰਜ ਕੇ ਬਾਹਰ ਕੱਢਿਆ ਉਹਦੇ ਵਿੱਚ ਅਸੀਂ ਫੇਰ ਦੱਸਦੇ ਜਾ ਰਹੇ ਗੁਰੂ ਸਾਹਿਬ ਬਾਣੀ ਉਹਦੀ ਜਾਤੀ ਦੇ ਕੇ ਹੱਥ ਜਾਦੇ ਹੱਥ ਕੀ ਸੱਚ ਪਰਖੀ ਹੈ ਮੌਰਾ ਹੋਵੇ ਹੱਥ ਮਰੀਏ ਚਖੀਏ ਜ਼ਿਆਦਾ ਹੰਕਾਰ ਕਰਨਾ ਮੈਂ ਕਹਿੰਦਾ ਜ਼ਿਆਦਾ ਹੰਕਾਰ ਕਰਨਾ ਸੇਮ ਇਦਾਂ ਵਾਂ ਜਿਵੇਂ ਕਿਸੇ ਦੀ ਹੱਥ ਦੀ ਤਲੀ ਤੇ ਜ਼ਹਿਰ ਪਿਆ ਹੋਵੇ ਤੇ ਖਾਣ ਤੋਂ ਪਹਿਲਾਂ ਬੰਦੇ ਨੂੰ ਦੱਸ ਦਿਓ ਇਹ ਜ਼ਹਿਰ ਹੈ ਤੇ ਉਹ ਤੋਂ ਬਾਅਦ ਵੀ ਫੱਕਾ ਮਾਰ ਲਵੇ ਤੇ ਉਹ ਜਾਵੇ ਮਰ ਇਹੋ ਜਿਹੇ ਬੰਦੇ ਨਾਲ ਅਫਸੋਸ ਕਰਨ ਦੀ ਲੋੜ ਹੈ ਕਿ ਤਿੰਨ ਨੂੰ ਸਾਰਾ ਕੁਝ ਦੱਸਿਆ ਸੀ ਕਿ ਆ ਜਿਹੜਾ ਹੱਥ ਦੀ ਤਲੀ ਤੇ ਰੱਖਿਆ ਜ਼ਹਿਰ ਹੈ ਜਾਤੀ ਦੇ ਕਿ ਹੱਥ ਸੱਚ ਪਰਖੀਏ ਪਰਖ ਸੱਚ ਦੀ ਹੋਣੀ ਹੈ ਜਾਤ ਦੇ ਹੱਥ ਕੋਝ ਨਹੀਂ ਪਰ ਇੱਥੇ ਕਿੰਨੀ ਨੀਵੀਂ ਰਾਜਨੀਤੀ ਹੋ ਗਈ ਹੈ ਕਿ ਜਾਤਾਂ ਦੇ ਆਧਾਰਤ ਇੱਥੇ ਹੱਕ ਲੈਣ ਦੀਆਂ ਗੱਲਾਂ ਕਿੱਥੇ ਚੱਲ ਰਹੀਆਂ ਨੇ ਆਉ ਨੀਵੀਂ ਜਾਤ ਦਾ ਜੀ ਉੱਚੀ ਜਾਤ ਦਾ ਜੀ ਇਹ ਹੁਣ ਚੇਤਾ ਆਉਂਦਾ ਵੀ ਜਦੋਂ ਗੁਰੂ ਸਾਹਿਬ ਜੀ ਨੇ ਆਵਾਜ਼ ਮਾਰੀ ਸੀ ਨਾ ਵੀ ਆਓ ਇੱਕੇ ਥਾਂ ਤੇ ਬੋ ਕਿੱਥੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਕਿ ਭਾਈ ਲਾਲੋ ਦੇ ਘਰ ਜਾਣਾ ਇਕੱਠੇ ਬੈਠ ਕੇ ਪ੍ਰਸ਼ਾਦਾ ਪਾਣੀ ਛਕਣਾ ਇਹ ਅੱਜ ਸੰਗਤ ਵਿੱਚ ਜਦੋਂ ਅਸੀਂ ਬੈਠ ਕੇ ਪ੍ਰਸ਼ਾਦਾ ਛਕਦੇ ਸਾਨੂੰ ਆਮ ਗੱਲ ਲੱਗਦੀ ਹੈ ਪਰ ਸੋਚ ਕੇ ਵੇਖੋ ਜਿੱਥੇ ਬ੍ਰਾਹਮਣ ਦੇ ਬਰਾਬਰ ਕੋਈ ਦੂਜਾ ਬਹਿ ਨਹੀਂ ਸਕਦਾ ਉਥੇ ਗੁਰਨਾਨਸਨ ਇੱਕ ਸੰਗਤ ਇੱਕ ਪੰਗਤ ਦਿੱਤੀ ਵੀ ਇੱਥੇ ਬੈਠ ਕੇ ਪ੍ਰਸ਼ਾਦਾ ਛਕੋ ਇੱਕ ਥਾਂ ਤੇ ਬੈਠ ਕੇ ਇਸ਼ਨਾਨ ਕਰੋ ਆਓ ਫਿਰ ਆਪਾਂ ਅਗਲੀ ਗੱਲ ਕਰਦੇ ਜਿਹੜਾ ਬੰਦਾ ਤੁਹਾਡੇ ਨਾਲ ਬਰਾਬਰ ਬਹਿ ਕੇ ਰੋਟੀ ਖਾਣ ਨੂੰ ਤਿਆਰ ਨਹੀਂ ਅਗਲੀ ਗੱਲ ਤੁਸੀਂ ਕਿੱਥੋਂ ਕਰਨੀ ਹੈ ਮੈਂ ਆਪਣੇ ਸਮਾਜ ਦੀ ਗੱਲ ਕਰਦਾ ਅੱਜ ਤੋਂ 15 20 25 ਸਾਲ ਪਹਿਲਾਂ ਦੀਆਂ ਗੱਲਾਂ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਆਪਣੇ ਕਾਮੇ ਸੀ ਜਦੋਂ ਉਹਨਾਂ ਨੇ ਆਉਣਾ ਆਮ ਆਪਣੇ ਘਰਾਂ 'ਚ ਉਹਨਾਂ ਦੇ ਬਰਤਨ ਪਰਾਂ ਰੱਖਦੇ ਨੇ ਇਥੋਂ ਰੋਟੀ ਪਾ ਕੇ ਪਰਾਂ ਤੋੜਦੇ ਪਰ ਅੱਜ ਸਮਾ ਬਦਲ ਗਿਆ ਅੱਜ ਕਿਸਾਨ ਬਰਾਬਰ ਬਿਠਾ ਕੇ ਰੋਟੀ ਖਾਂਦਾ ਹੈ ਵੀ ਆਓ ਪਾਈ ਆਪ ਤੋ ਤੁਹਾਡੇ ਚ ਵੀ ਜਾਨ ਹੈ ਤੁਸੀਂ ਸਾਡੇ ਭੈਣ ਭਰਾ ਜੇ ਤੇ ਇਥੇ ਕਿਹੋ ਜਿਹਾ ਪੱਤਾ ਖੇਡਿਆ ਜਾ ਰਿਹਾ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕਿਸੇ ਨੇ ਇਹ ਨਹੀਂ ਕਿਹਾ ਕਿ ਉਹਦੇ ਵਿੱਚ ਕੋਈ ਲਿਆਕਤ ਹੋਏਗੀ ਜੇ ਜੋ ਕਿ ਸਮਝ ਮੰਨ ਲਓ ਮੈਂ ਨਾ ਕਿਸੇ ਹੱਕ ਜਾਂ ਕਿਸੇ ਵਿਰੋਧੀ ਗੱਲ ਕਰਦਾ ਪਰ ਮੈਂ ਕਹਿੰਨਾ ਦਲਤ ਦਲਤ ਕਹਿ ਕੇ ਬਾਰ-ਬਾਰ ਸ਼ਬਦ ਇਹਦਾ ਮਤਲਬ ਤੁਸੀਂ ਮੰਨਦੇ ਹੋ ਵੀ ਸਿੱਖਾਂ ਵਿੱਚ ਵੀ ਅੱਜ ਵਿਰੋਧੀਆਂ ਨੇ ਕਿਦਾਂ ਫੇਸਬੁੱਕ ਭਰ ਦਿੱਤੀ ਹੈ ਬਿਹਾਨ ਤੇ ਹੁਣ ਪਤਾ ਲੱਗਾ ਸਿੱਖਾਂ ਚ ਪਤਾ ਉਹਨਾਂ ਨੂੰ ਵੀ ਹੈਗਾ ਸਿੱਖਾਂ ਚ ਕੋਈ ਜਾਤ ਪਾਤ ਨਹੀਂ ਜਿਹੜੇ ਜਾਤ ਪਾਤ ਵਾਲੇ ਉਹ ਸਿੱਖ ਨਹੀਂ ਬਸ ਗੱਲ ਇਨੀਕ ਸੀ ਜਿਵੇਂ ਆਪਾਂ ਕਹਿੰਨਾ ਸਿੱਖ ਕਿਸੇ ਪਖੰਡੀ ਅੱਗੇ ਨਹੀਂ ਝੁਕਦਾ ਜਿਹੜਾ ਝੁਕਦਾ ਉਹ ਸਿੱਖ ਹੀ ਨਹੀਂ ਮੈਂ ਤੁਹਾਡੇ ਸਾਹਮਣੇ ਗੁਰੂ ਅਮਰਦਾਸ ਦੇ ਦੋ ਵਾਕ ਰੱਖਣ ਲੱਗਾ ਬਾਣੀ ਚ ਲਿਖਿਆ ਜੇ ਕੋ ਸਿੱਖ ਗੁਰੂ ਸੇਤੀ ਸਨੁ ਖੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉਂ ਰਹੈ ਗੁਰ ਨਾਲੇ ਵੇਖੋ ਜਿੱਥੇ ਸੰਮੁਖ ਸ਼ਬਦ ਵਰਤੇ ਆ ਉਥੇ ਸਿੱਖ ਸ਼ਬਦ ਵਰਤੇ ਆ ਜਿੱਥੇ ਬੇਮੁਖ ਸ਼ਬਦ ਵਰਤੇ ਉਥੇ ਕੀ ਵਰਤੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਅੱਛਾ ਉਥੇ ਸਿੱਖ ਸ਼ਬਦ ਨਹੀਂ ਵਰਤੇ ਇਹ ਤੇ ਬੇਮੁਖ ਸ਼ਬਦ ਆ ਜਿੱਥੇ ਸਨਮੁਖ ਸ਼ਬਦ ਆ ਉਥੇ ਸਿੱਖ ਸ਼ਬਦ ਵਰਤੇ ਐ ਲਿਖ ਸਕਦੇ ਸੀ ਗੁਰੂ ਅਮਰਦਾਸ ਜੀ ਵੀ ਜੇ ਕੋ ਸਿੱਖ ਗੁਰ ਤੇ ਬੇਮੁਖ ਹੋਵੇ ਕੋਈ ਗੁਰੂ ਸਾਨੂੰ ਪਤਾ ਜਿਹੜਾ ਸਿੱਖ ਹੁੰਦਾ ਉਹ ਬੇਮੁਖ ਨਹੀਂ ਹੁੰਦਾ ਜਿਹੜਾ ਸਿੱਖ ਹੁੰਦਾ ਉਹ ਬੇਮੁਖ ਨਹੀਂ ਹੁੰਦਾ ਜਿਹੜਾ ਬੇਮੁਖ ਹੁੰਦਾ ਉਹ ਸਿੱਖ ਨਹੀਂ ਹੁੰਦਾ ਦੋ ਪੌੜੀਆਂ ਤੁਹਾਡੇ ਸਾਨੂੰ ਲਖਿਆ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾਰੇ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਈ ਹੁਣ ਜਦੋਂ ਆਈ ਬੇਮੁਖ ਦੀ ਗੱਲ ਸਿੱਖ ਸ਼ਬਦ ਨਹੀਂ ਵਰਤਿਆ ਉੱਥੇ ਵੀ ਜੇ ਕੋ ਬੇਮੁਖ ਹੈ ਉਹ ਸਿੱਖ ਕਿਦਾਂ ਹੋਏਗਾ ਭਾਵੇਂ ਕਿਸੇ ਘਰ ਚ ਵੀ ਪੈਦਾ ਹੋਇਆ ਹੋਵੇ ਸਿੱਖ ਸਿੱਖਿਆ ਲੈਣ ਦਾ ਬਣਦਾ ਗੁਰੂ ਦੀ ਗੁਰੂ ਦੀ ਪੀੜੀ ਕੌਣ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਪਾਣ ਵਿੱਚ ਆਵੇ ਇਹ ਦੱਸਣਾ ਚਾਹੁੰਦੇ ਆ ਕਿ ਭਾਈ ਜਿਵੇਂ ਇੱਕ ਵਿਪਰ ਨੇ ਐਸਾ ਜਾਲ ਫੈਲਾਇਆ ਹੋਇਆ ਵਾ ਕਿ ਅੱਜ ਸਰਦਾਰ ਕੁਲਬੀਰ ਸਿੰਘ ਕੋੜ ਨੇ ਐਵੇਂ ਥੋੜਾ ਲਿਖਿਆ ਸੀ ਕਿ ਜਿਵੇਂ ਵਿਪਰ ਨੇ ਬਾਕੀ ਸਾਰਿਆਂ ਮਤਾਂ ਨੂੰ ਖਾਧਾ ਸਿੱਖ ਤੇ ਬੱਚੇ ਥੋੜਾ ਗਾਤਰਾ ਗਲ ਚ ਪਾਇਆ ਅਜਗਰ ਦੇ ਮੂੰਹ ਚ ਅੱਧਾ ਸਿੱਖ ਤੁੰਨੇ ਆ ਉਹਨੇ ਕਿਹਾ ਸਿੱਖ ਵੀ ਖਾਦੇ ਗਏ ਨਹੀਂ ਤੇ ਨਹੀਂ ਖਾਦੇ ਗਏ ਦੱਸ ਦੇ ਜਾਤਾਂ ਪਾਤਾਂ ਦੇ ਆਧਾਰ ਤਾ ਸਿੱਖ ਲੋਤੇ ਹੋਏ ਆਂ ਰਿਸ਼ਤੇ ਕਰ ਲਏ ਜਾਂ ਤਾਂ ਉਹ ਤਾਂ ਥੋੜਾ ਬਹੁਤਾ ਬਾਹਰ ਦੇ ਲਾਲਚ ਕਰਕੇ ਅਸੀਂ ਜਾਤਾਂ ਪਤਾਂ ਨਹੀਂ ਪੁੱਛੀਆਂ ਗੁਸਾ ਨਾ ਮਨਾਇਓ ਹਕੀਕਤ ਹੈ ਉਹ ਤੇਰੇ ਕਿਸੇ ਨੇ ਲੜਕੀ ਲੜਕੇ ਦੀ ਜਾਤ ਪੁੱਛੀ ਬਸ 6.5 7 ਬੈਂਡ ਬਸ ਇਸ ਤੋਂ ਅੱਗੇ ਕੁਝ ਨਹੀਂ ਵੱਖਰੀ ਗੱਲ ਹੈ ਕਿ ਬਾਹਰ ਜਾ ਕੇ ਨਿਬਧੀਏ ਕਿ ਨਹੀਂ ਨਿਬਧੀ ਇਹ ਬਾਧੀਆਂ ਗੱਲਾਂ ਪਰ ਕਿੱਡੀ ਕਿੱਡੀ ਹੋਣੀ ਰਾਜਨੀਤੀ ਕਰ ਰਹੇ ਅਸੀਂ ਕਹਿੰਦੇ ਛੋਟੇ ਪੱਧਰ ਦੀ ਰਾਜਨੀਤੀ ਹੈ ਇਹ ਬਚਕਾਨਾ ਗੱਲਾਂ ਤੋਂ ਆਉਣ ਵਾਲਿਆਂ ਲੋਕਾਂ ਨੂੰ ਸचेत ਹੋਣ ਦੀ ਲੋੜ ਹੈ ਪਰ ਗੱਲ ਫਿਰ ਉੱਥੇ ਹੀ ਇਹ ਸਮਝਾਈਏ ਕਿਨੋ ਜੀ ਗਾੜਾ ਅਖਰ ਭੈਸ ਬਰਾਬਰ ਵਾਲੀ ਗੱਲ ਲੋਕਾਂ ਦੀ ਇੱਥੇ ਜਿਹੜੇ 2-2000 ਰੁਪਏ ਤੇ ਸ਼ਰਾਬ ਦੀਆਂ ਬੋਤਲਾਂ ਤੇ ਲਾਣਾ ਸੁੱਟਦੇ ਫਿਰਦੇ ਆ ਉਹਨਾਂ ਨੂੰ ਕਿੱਥੋਂ ਪਹਿਚਾਨ ਆ ਜਾਏਗੀ ਮੁੱਦਿਆਂ ਦੀ ਵੀ ਮੁੱਦੇ ਕੀ ਨੇ ਸਾਡੇ ਪੰਜਾਬ ਦੇ ਇੱਥੇ ਹੱਕਾਂ ਦੀ ਗੱਲ ਹੈ ਕਾਸ਼ ਕਿਤੇ ਸਾਡੀ ਰਾਜਨੀਤੀ ਚੰਗੀ ਹੁੰਦੀ ਤੇ ਆਹ ਦਿਨ ਦੇਖਣੇ ਨਾ ਪੈਂਦੇ ਕਿ ਧਰਤੀ ਦੀ ਹੱਕ ਪਾੜ ਕੇ ਅਨਾਜ ਪੈਦਾ ਕਰਨ ਵਾਲਾ ਮਿਹਨਤ ਮਜ਼ਦੂਰੀ ਕਰਨ ਵਾਲਾ ਅੱਜ ਸੜਕਾਂ ਤੇ ਨਾ ਰੋਲਦਾ ਗੱਲ ਫਿਰ ਉੱਥੇ ਹੁੰਦੀ ਨਾ ਸ਼ਬਦ ਜਿਹੜਾ ਸੀ ਅੱਜ ਖਜ਼ਾਨਾ ਗਿਆਨ ਅੱਜ ਸਾਡੇ ਕੋਲੋਂ ਕਿਉਂ ਗਵਾਚਾ ਕਿਉਂਕਿ ਅਸੀਂ ਇਸ ਬੰਨੇ ਤੁਰਨ ਦੀ ਲੋੜ ਸਮਝੀ ਨਹੀਂ ਅਸੀਂ ਮਾਣਿਆ ਨਹੀਂ ਇਸ ਚੀਜ਼ ਨੂੰ ਅਸੀਂ ਸਿਰਫ ਪਾਠ ਪੂਜਾ ਕਰਨ ਤੱਕ ਸੀਮਤ ਰਹਿ ਗਏ ਨਹੀਂ ਜਾ ਸਕੀ ਸਾਡੇ ਵਿੱਚੋਂ ਇਹ ਚੀਜ਼ਾਂ ਨਹੀਂ ਜਾ ਸਕੀਆਂ ਬੜੀ ਵੱਡੀ ਗਿਆਨੀ ਜਤ ਸਿੰਘ ਵਰਗੇ ਯੋਧਿਆਂ ਦਾ ਬਤਨ ਇਤਿਹਾਸ ਪੜ ਕੇ ਵੇਖੋ ਧੂਆਂ ਤਾਰ ਲੈਕਚਰ ਕਰਦੇ ਸੀ ਰਾਹ ਜਾਂਦੇ ਰਾਈ ਉਹਨਾਂ ਦੀਆਂ ਗੱਲਾਂ ਖੋਲ ਕੇ ਸੁਣਦੇ ਸੀ ਪਾ ਜਦੋਂ ਦੇਗ ਲਾਉਣ ਦੀ ਵਾਰੀ ਆਉਂਦੀ ਸੀ ਵਿਚਾਰਾਂ ਨੂੰ ਜੋੜੇ ਕਰ ਜਾ ਕੇ ਬਹਿਣਾ ਪੈਂਦਾ ਸੀ ਬੜਾ ਤੱਕਾ ਸਿਆ ਹੈ ਅੱਜ ਜਾਤ ਬਮਾਨੀ ਇਸ ਮੈਂ ਕਹਿੰਦਾ ਜਿੰਨਾ ਉੱਚੀ ਜ਼ਿਆਦਾ ਹੰਕਾਰ ਕਰਨਾ ਮਾੜਾ ਹੈ ਆਪਣੇ ਆਪ ਨੂੰ ਦਲਤ ਕਹਿਣਾ ਉਨਾ ਹੀ ਮਾੜਾ ਹੈ ਇਹ ਬਰ ਇਹ ਚੀਜ਼ਾਂ ਵੰਡਿੰਗ ਜੇ ਕੋਈ ਉੱਚੀ ਜ਼ਿਆਦਾ ਹੰਕਾਰ ਕਰਦਾ ਹੈ ਉਹ ਗਲਤ ਹੈ ਤੇ ਆਪਣੇ ਆਪ ਨੂੰ ਨੀਵੀਂ ਜ਼ਿਆਦਾ ਕਹਿਣਾ ਵੀ ਉਨਾ ਹੀ ਮਾੜਾ ਹੈ ਕਿਉਂ ਕਹਿੰਦੇ ਤੁਸੀਂ ਆਪਣੇ ਆਪ ਨੂੰ ਨੀਵਾ ਬਈ ਹਰ ਇੱਕ ਇਨਸਾਨ ਜਦੋਂ ਡਾਕਟਰ ਜਾਂਦਾ ਹੈ ਉਸ ਤੇ ਕੋਈ ਜਾਦੇਦਾਰਤ ਡਾਕਟਰ ਬਣਨਾ ਹੈ ਡਾਕਟਰ ਡਾਕਟਰ ਹੈ ਜੱਜ ਜੱਜ ਹੈ ਵਕੀਲ ਵਕੀਲ ਹੈ ਟੀਚਰ ਟੀਚਰ ਹੈ ਪ੍ਰਿੰਸੀਪਲ ਪ੍ਰਿੰਸੀਪਲ ਹੈ ਇਹ ਦਲਤ ਪ੍ਰਿੰਸੀਪਲ ਹੈ ਜੀ ਇਹ ਉੱਚੀ ਜਾਤ ਦਾ ਪ੍ਰਿੰਸੀਪਲ ਤੇ ਪ੍ਰਿੰਸੀਪਲ ਹੀ ਇੱਕ ਦਿਨ ਆਪਣੀ ਲਿਆਕਤ ਨਾਲ ਬਣਿਆ ਬਸ ਗੱਲ ਨਿਬੜੀ ਹੈ ਅਸੀਂ ਕਿੱਥੇ ਪਹੁੰਚ ਗਏ ਜੀ